ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਸ਼ੇਡਸ ਬਾਈ ਦਿਲਜੋਤ ਯੂਟਿਊਬ ਚੈਨਲ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੇਰੇ ਯੂਟਿਊਬ ਚੈਨਲ 'ਤੇ ਔਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਲੈ ਕੇ ਆਈ ਹਾਂ ਨਵੀਂ ਕਲੈਕਸ਼ਨ ਜੋ ਕਿ ਮੈਂ ਡਿਸਪੈਚ ਕਰਨ ਜਾ ਰਹੀ ਸੀ USA ਤਾਂ ਮੈਂ ਸੋਚਿਆ ਕਿ ਉਹਨਾਂ ਤੁਹਾਡੇ ਸਾਰਿਆਂ ਦੇ ਨਾਲ ਇੱਕ ਵਾਰ ਮੈਂ ਸ਼ੇਅਰ ਕਰਾਂ ਕਿਉਂਕਿ ਸਾਰੇ ਹੀ ਆਪਾਂ ਉਹਦੇ ਵਿੱਚ ਆਲਮੋਸਟ ਜਿਹੜੇ ਨਵੇਂ ਸੈਂਪਲ ਤਿਆਰ ਕੀਤੇ ਆ ਤਾਂ ਮੈਨੂੰ ਇੱਦਾਂ ਸੀ ਮੈਂ ਤੁਹਾਡੇ ਸਾਰਿਆਂ ਨਾਲ ਜ਼ਰੂਰ ਸ਼ੇਅਰ ਕਰਾਂ ਕਿਉਂਕਿ ਹੁਣ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੈਡਿੰਗ ਸੀਜ਼ਨ ਸ਼ੁਰੂ ਹੋਣ ਵਾਲਾ ਹੁਣ ਕੀ ਵਾਲਾ ਮਤਲਬ ਹੋ ਹੀ ਗਿਆ ਲਗਭਗ ਲੋਕਾਂ ਨੇ ਲਾਈਕ ਔਡਰ ਦੇਣੇ ਸ਼ੁਰੂ ਕਰਤੇ ਆ ਵੈਡਿੰਗਸ ਦੇ ਲਈ ਔਰ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਕੁੜਤਾ ਦਿਖਾਉਣਾ ਚਾਹੂੰਗੀ ਜੋ ਕਿ ਹੈਂਡ ਪੇਂਟ ਸੂਟ ਆ ਤੁਸੀਂ ਦੇਖ ਸਕਦੇ ਹੋ ਔਰ ਉੱਪਰ ਹੈਂਡ ਵਰਕ ਵੀ ਕੀਤਾ ਪਰਲਸ ਲਗਾਏ ਹੋਏ ਆ ਔਰ ਨੈਕ ਦੇ ਉੱਪਰ ਜਿੱਦਾਂ ਲੈਸ ਲਗਾਈ ਹੋਈ ਆ ਔਰ ਜਿਹੜੀਆਂ ਇਹਦੀਆਂ ਸਲੀਵਸ ਆ ਬੈਲ ਸਲੀਵ ਰੱਖਦੇ ਹੋਏ ਸਲੀਵਸ 'ਤੇ ਕੰਮ ਕੀਤਾ ਹੋਇਆ ਸਲੀਵਸ ਦੇ ਉੱਪਰ ਬੂਟਾ ਪਾਇਆ ਹੈਂਡ ਪੇਂਟ ਪਲੱਸ ਹੈਂਡ ਵਰਕ ਔਰ ਲੈਸ ਲਗਾਉਂਦੇ ਹੋਏ ਕੁਛ ਇਸ ਤਰੀਕੇ ਦੇ ਨਾਲ ਕੱਟ ਪਾਉਂਦੇ ਹੋਏ ਲਾਈਕ ਜਿੱਦਾਂ ਕਟਾਂ ਬੋਲ ਦਿੰਦੇ ਆ ਤਾਂ ਪਲਸ ਲਾਏ ਹੋਏ ਆ ਦੋਨਾਂ ਬਾਹਾਂ 'ਤੇ ਔਰ ਨਾਲ ਪਲਾਜ਼ੋ ਤਿਆਰ ਕੀਤਾ ਪਲਾਜ਼ੋ ਦੇ ਨੀਚੇ ਮੂਰੀ 'ਤੇ ਅਸੀਂ ਜਿੱਦਾਂ ਲੈਸ ਲਗਾਈ ਹੋਈ ਔਰ ਬਹੁਤ ਹੀ ਸਿੰਪਲ ਜਿਹਾ ਇਹ ਅਸੀਂ ਤਿਆਰ ਕੀਤਾ ਲਾਈਕ ਇੱਦਾਂ ਆਪਾਂ ਨੋਰਮਲ ਕਿਸੇ ਵੀ ਓਕੇਜ਼ਨ 'ਤੇ ਨੂੰ ਤਿਆਰ ਕਰ ਸਕਦੇ ਹਾਂ ਔਰ ਜੋ ਮੈਂ ਹੁਣ ਸੂਟ ਲੈ ਕੇ ਆ ਰਹੀ ਹਾਂ ਇਹ ਮੈਂ ਹੈਂਡਵਰਕ ਸੂਟ ਲੈ ਕੇ ਆ ਰਹੀ ਹਾਂ ਔਰ ਫੁੱਲ ਹੈਵੀ ਸੂਟ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹੜਾ ਇਹ ਸੂਟ ਤਿਆਰ ਹੋਇਆ ਇੱਕ ਵਾਰ ਮੈਂ ਇਹਦੀ ਦੁਪੱਟਾ ਰਿਮੂਵ ਕਰ ਦਿੰਦੀ ਹਾਂ ਤਾਂ ਜੋ ਤੁਸੀਂ ਜਿਹੜਾ ਇਹਦਾ ਕੰਮ ਹੈ ਚੰਗੀ ਤਰ੍ਹਾਂ ਦੇਖ ਸਕੋ ਔਰ ਇਹਦੇ ਉੱਪਰ ਸਾਰਾ ਹੈਂਡਵਰਕ ਕੀਤਾ ਹੋਇਆ ਨੈਚੁਰਲ ਕਰੇਪ 'ਤੇ ਆਪਾਂ ਤਿਆਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅਸੀਂ ਇਹਦਾ ਜਿਹੜਾ ਨੈਕ ਹੈ ਤਿਆਰ ਕੀਤਾ ਲਾਈਕ ਅਸੀਂ ਇਹਦੀ ਸ਼ੋਲਡਰ ਆ ਉਹ ਵੀ ਸਾਰੇ ਤਿਆਰ ਕੀਤੇ ਹੋਏ ਆ ਔਰ ਇਹਦੀਆਂ ਬਾਹਾਂ ਵੀ ਬਹੁਤ ਭਾਰੀ ਆ ਸਾਰੀ ਬਾਂਹ ਦੇ ਉੱਪਰ ਕੰਮ ਕੀਤਾ ਬਹੁਤ ਹੈਵੀ ਇਹਦੀ ਜਿਹੜੀ ਸਲੀਵ ਆ ਤਿਆਰ ਕੀਤੀ ਗਈ ਆ ਔਰ ਲਾਈਕ ਇੱਦਾਂ ਸਾਈਡ 'ਤੇ ਤੁਸੀਂ ਯੋਕ 'ਤੇ ਦੇਖ ਸਕਦੇ ਹੋ ਕਿ ਆਪਾਂ ਕੰਮ ਕੀਤਾ ਹੋਇਆ ਸਾਰੀ ਯੋਕ ਦੇ ਉੱਪਰ ਔਰ ਇਹਦਾ ਲਾਈਕ ਘੇਰਾ ਵੀ ਆਪਾਂ ਤਿਆਰ ਕੀਤਾ ਹੋਇਆ ਔਰ ਇਹ ਅਸੀਂ ਪਾਕਿਸਤਾਨੀ ਸਟਾਈਲ ਦੇ ਵਿੱਚ ਤਿਆਰ ਕੀਤਾ ਹੈ ਔਰ ਉਸ ਅਕੋਰਡਿੰਗ ਹੀ ਅਸੀਂ ਇਹਦੀ ਜਿਹੜੀ ਹੈ ਲੈਂਥ ਰੱਖੀ ਹੈ ਬਾਕੀ ਕੰਮ ਦੀ ਸਫਾਈ ਤੁਸੀਂ ਸਾਡੀ ਦੇਖ ਹੀ ਸਕਦੇ ਹੋ ਔਰ ਇਹਦੀ ਬੈਕ ਸਾਈਡ 'ਤੇ ਵੀ ਕੰਮ ਕੀਤਾ ਹੋਇਆ ਜੋ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਔਰ ਇਹ ਮੈਂ ਜਿੱਦਾਂ ਸ਼ਾਇਦ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਇਹ ਨੈਚੁਰਲ ਕਰੇਪ 'ਤੇ ਆਪਾਂ ਤਿਆਰ ਕੀਤਾ ਔਰ ਇਹ ਬੈਕ ਤੋਂ ਵੀ ਲਾਈਕ ਸਾਰਾ ਆਪਾਂ ਤਿਆਰ ਕੀਤਾ ਔਰ ਬਹੁਤ ਹੀ ਹੈਵੀ ਜਿਹੜਾ ਇਹ ਸੂਟ ਤਿਆਰ ਹੋਇਆ ਬੈਕ ਨੈਕ ਤਿਆਰ ਕਰਦੇ ਹੋਏ ਨੀਚੇ ਤੋਂ ਘੇਰਾ ਆਪਾਂ ਤਿਆਰ ਕੀਤਾ ਔਰ ਜਿਹੜੀ ਇਹਦੀ ਸਲਵਾਰ ਹੈ ਆਪਾਂ ਉਹਦੇ 'ਤੇ ਵੀ ਕੰਮ ਕੀਤਾ ਹੋਇਆ ਮੂਰੀ ਤਿਆਰ ਕਰਦੇ ਹੋਏ ਆਪਾਂ ਜਿਹੜੀ ਆ ਬੂਟੀ ਪਾਈ ਹੋਈ ਆ ਬਹੁਤ ਬਹੁਤ ਹੀ ਪਿਆਰਾ ਲਾਈਕ ਹੁਣ ਤੱਕ ਤਾਂ ਮੈਨੂੰ ਸਭ ਤੋਂ ਵਧੀਆ ਇਹ ਵਾਲਾ ਸੂਟ ਲੱਗਿਆ ਔਰ ਬਹੁਤ ਹੀ ਸੋਹਣਾ ਇਹ ਜਿਹੜਾ ਆਪਾਂ ਸੂਟ ਤਿਆਰ ਹੋਇਆ ਬਾਕੀ ਤੁਹਾਨੂੰ ਪਤਾ ਹੈ ਕਿ ਆਪਾਂ ਇਹਨੂੰ ਕਿਸੇ ਵੀ ਫੈਬਰਿਕ ਔਰ ਕਿਸੇ ਵੀ ਕਲਰ 'ਤੇ ਤਿਆਰ ਕਰ ਸਕਦੇ ਹਾਂ ਇਹਦਾ ਦੁਪੱਟਾ ਮੈਂ ਪਿਓਰ ਔਰਗੈਂਜ਼ਾ 'ਤੇ ਰੱਖਿਆ ਔਰ ਉੱਪਰ ਬੂਟੀ ਪਾਈ ਹੋਈ ਹੈ ਔਰ ਲਾਈਕ ਇੱਦਾਂ ਅਸੀਂ ਕਿਨਾਰੀ ਲਗਾ ਕੇ ਦਿੱਤੀ ਔਰ ਬਹੁਤ ਹੀ ਪਿਆਰਾ ਇਹ ਜਿਹੜਾ ਸੂਟ ਤਿਆਰ ਹੋਇਆ ਕਿਉਂਕਿ ਮੈਂ ਖੁਦ ਦੇ ਬੇਈਮਾਨ ਹੋ ਰਹੀ ਹਾਂ ਔਰ ਮਤਲਬ ਲਾਈਕ ਮੈਨੂੰ ਮੈਂ ਜੋ ਮੈਨੂੰ ਖੇਡ ਰਹੀ ਸੀ ਜੋ ਨਹੀਂ ਯਾਰ ਮੈਂ ਨਾ ਇੱਦਾਂ ਦਾ ਇੱਕ ਹੋਰ ਤਿਆਰ ਕਰ ਲਾ ਆਪਦੇ ਲਈ ਜਦਕਿ ਸਾਨੂੰ ਕੋਈ ਫੰਕਸ਼ਨ ਵੀ ਨਹੀਂ ਆ ਅਤੇ ਲਾਈਕ ਅਗਰ ਤੁਹਾਨੂੰ ਕੋਈ ਵੀ ਸੂਟ ਮੇਰੇ ਬਲੌਗ ਦੇ ਵਿੱਚ ਚੰਗਾ ਲੱਗੇਗਾ ਤੁਸੀਂ ਉਹਦਾ ਸਕਰੀਨਸ਼ੋਟ ਲੈਂਦੇ ਹੋਏ ਮੈਂ ਹਰ ਵਾਰ ਤੁਹਾਨੂੰ ਦੱਸਦੀ ਹੁੰਦੀ ਹਾਂ ਕਿ ਤੁਸੀਂ ਮੈਨੂੰ ਵਟਸਐਪ 'ਤੇ ਸ਼ੇਅਰ ਕਰ ਸਕਦੇ ਹੋ ਉੱਥੇ ਮੈਂ ਤੁਹਾਨੂੰ ਪੂਰੀਆਂ ਡਿਟੇਲਸ ਜਿਹੜੀਆਂ ਪ੍ਰੋਵਾਈਡ ਕਰ ਦਿੰਦੀ ਜਿਹੜਾ ਮੈਂ ਹੁਣ ਸੂਟ ਲੈ ਕੇ ਆਈ ਹਾਂ ਇਹ ਮੈਂ ਨਿਓਨ ਕਲਰ 'ਤੇ ਲੈ ਕੇ ਆਈ ਹਾਂ ਔਰ ਇਹਦੇ ਉੱਪਰ ਜਿੱਦਾਂ ਆਪਾਂ ਤਿੱਲੇ ਦਾ ਕੰਮ ਕੀਤਾ ਹੋਇਆ ਔਰ ਬਹੁਤ ਹੀ ਪਿਆਰਾ ਇਹ ਵੀ ਜਿਹੜਾ ਆਪਣਾ ਸੂਟ ਰੈਡੀ ਹੋਇਆ ਔਰ ਇਹ ਵੀ ਫੈਬਰਿਕ ਆਪਾਂ ਨੈਚੁਰਲ ਕਰੇਪ ਰੱਖਿਆ ਔਰ ਇਹਦੇ ਜਿੱਦਾਂ ਨੈਕ ਦੇ ਉੱਪਰ ਕੰਮ ਆ ਪਲੱਸ ਪੂਰੇ ਸ਼ਰਟ ਦੇ ਵਿੱਚ ਲਾਈਕ ਇੱਦਾਂ ਇੱਕ ਇਸ ਸਾਈਡ ਔਰ ਇੱਕ ਲਾਈਕ ਇਸ ਸਾਈਡ ਦੋਨੋਂ ਸਾਈਡ ਆਪਾਂ ਜਿਹੜੀਆਂ ਛੜੀਆਂ ਪਾਈਆਂ ਹੋਈਆਂ ਔਰ ਇਹਦੀਆਂ ਸਲੀਵ ਵੀ ਆਪਾਂ ਬਹੁਤ ਹੈਵੀ ਰੱਖੀਆਂ ਤੁਸੀਂ ਦੇਖ ਹੀ ਸਕਦੇ ਹੋ ਕਿ ਸਲੀਵ ਦੀ ਮੂਰੀ ਆਪਾਂ ਬਹੁਤ ਹੈਵੀ ਰੱਖੀ ਹੋਈ ਹੈ ਔਰ ਇਹਦੀ ਜਿਹੜੀ ਸਲਵਾਰ ਹੈ ਉਹਦੇ 'ਤੇ ਵੀ ਕੰਮ ਕੀਤਾ ਹੋਇਆ ਸਲਵਾਰ ਦਾ ਪੌਂਚਾ ਐਜ਼ ਇਟ ਸਲੀਵ ਦੀ ਤਰ੍ਹਾਂ ਹੀ ਰੱਖਿਆ ਗਿਆ ਦੋਨੋਂ ਪੈਟਰਨ ਸੇਮ ਆ ਤੁਸੀਂ ਦੇਖ ਸਕਦੇ ਹੋ ਔਰ ਇਹ ਵੀ ਬਹੁਤ ਪਿਆਰਾ ਜਿਹੜਾ ਲੁੱਕ ਦੇ ਰਿਹਾ ਔਰ ਜਿਹੜਾ ਇਹਦਾ ਦੁਪੱਟਾ ਇਹ ਆਪਾਂ ਔਰਗੈਂਜ਼ਾ ਲਾਈਨਸ ਵਾਲਾ ਦੁਪੱਟਾ ਯੂਜ਼ ਕਰਕੇ ਇਹਨੂੰ ਜਿਹੜਾ ਆਪਾਂ ਪੂਰਾ ਕਰੇਪ ਕੀਤਾ ਔਰ ਬਹੁਤ ਪਿਆਰਾ ਇਹ ਲੱਗ ਰਿਹਾ ਇਹਨੂੰ ਵੀ ਆਪਾਂ ਕਿਸੇ ਵੀ ਕਲਰ ਔਰ ਕਿਸੇ ਵੀ ਫੈਬਰਿਕ 'ਤੇ ਤਿਆਰ ਕਰ ਸਕਦੇ ਜਿਹੜਾ ਮੈਂ ਹੁਣ ਸੂਟ ਲੈ ਕੇ ਆਈ ਹਾਂ ਇਹ ਮੈਂ ਨੈਚੁਰਲ ਕਰੇਪ 'ਤੇ ਲੈ ਕੇ ਆਈ ਹਾਂ ਪਰਪਲ ਕਲਰ ਦੇ ਉੱਪਰ ਇਹਦਾ ਅਸੀਂ ਨੈੱਕ ਤਿਆਰ ਕਰਦੇ ਹੋਏ ਲਾਈਕ ਅਸੀਂ ਉਹਨਾਂ ਦੀਆਂ ਸਲੀਵਸ ਤਿਆਰ ਕੀਤੀਆਂ ਇਹ ਔਨ ਆਰਡਰ ਹੀ ਸੂਟ ਆਪਾਂ ਸਟਿਚ ਕੀਤਾ ਲਾਈਕ ਉਹਨਾਂ ਨੂੰ ਇੰਨੀਆਂ ਸਲੀਵਸ ਚਾਹੀਦੀਆਂ ਸੀ ਤਾਂ ਅਸੀਂ ਉਸੇ ਹਿਸਾਬ 'ਤੇ ਹੀ ਕੰਮ ਕੀਤਾ ਔਰ ਇਹਦੇ ਉੱਪਰ ਆਪਾਂ ਸਾਰਾ ਹੈਂਡਵਰਕ ਕੀਤਾ ਹੋਇਆ ਔਰ ਜਿਹੜੀ ਇਹਦੀ ਬੋਟਮ ਹੈ ਕੰਟਰਾਸਟ ਦੇ ਵਿੱਚ ਇਹ ਸੂਟ ਆਪਾਂ ਰੱਖਿਆ ਬੋਟਮ 'ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪੌਂਚੇ 'ਤੇ ਕੰਮ ਕੀਤਾ ਹੋਇਆ ਔਰ ਇਹ ਕੰਟਰਾਸਟ ਦੇ ਵਿੱਚ ਬਹੁਤ ਪਿਆਰਾ ਲੱਗ ਰਿਹਾ ਔਰ ਇਹਦੇ ਨਾਲ ਜਿਹੜਾ ਦੁਪੱਟਾ ਹੈ ਪਿਓਰ ਚਿਨੋਨ ਦਾ ਦੁਪੱਟਾ ਹੈ ਔਰ ਬਹੁਤ ਸੋਹਣਾ ਇਹ ਸੂਟ ਬਣਿਆ ਇਹ ਉਹਨਾਂ ਨੇ ਆਪਣੀ ਬੇਟੀ ਲਈ ਬਣਵਾਇਆ
ਔਰ ਲਾਈਕ ਇਹਦੇ ਨਾਲ ਦਾ ਸੂਟ ਮੈਂ ਪਹਿਲਾਂ ਵੀ ਬਣਾਇਆ ਸੀ ਜਿਹੜਾ ਕਿ ਉਹ ਵੀ ਕੰਟਰਾਸਟ ਦੇ ਵਿੱਚ ਸੀ ਯੈਲੋ ਔਰ ਲਾਈਕ ਆਫ ਵਾਈਟ ਕਲਰ ਦਾ ਉਹਦੀ ਰੀਲ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਹੀ ਪਿਆਰੇ ਜਿਹੜੇ ਇਹ ਆਪਣੇ ਪੀਸ ਆ ਜਿਹੜੇ ਤਿਆਰ ਹੋਏ ਆ ਇਹੀ ਵਾਲਾ ਸੂਟ ਅਸੀਂ ਬਨਾਰਸੀ ਟਿਸ਼ੂ ਦੇ ਉੱਪਰ ਲੈ ਕੇ ਆਏ ਹਾਂ ਔਰ ਬਹੁਤ ਹੀ ਪਿਆਰਾ ਇਹ ਲੱਗ ਰਿਹਾ ਔਰ ਇਹਦਾ ਕਲਰ ਤਾਂ ਬਹੁਤ ਹੀ ਸੋਹਣਾ ਲੱਗ ਰਿਹਾ ਔਰ ਇਹ ਵੀ ਆਪਾਂ ਔਨ ਆਰਡਰ ਹੀ ਤਿਆਰ ਕੀਤਾ ਇਹ ਕੈਨੇਡਾ ਜਾਣਾ ਸੀਗਾ ਲਾਈਕ ਬਹੁਤ ਹੀ ਸ਼ੋਰਟ ਟਾਈਮ ਦੇ ਵਿੱਚ ਇਹਨੂੰ ਮੈਂ ਰੈਡੀ ਕੀਤਾ ਔਰ ਇਹਨਾਂ ਦੇ ਦੋ ਤੋਂ ਤਿੰਨ ਸੂਟ ਹੋਰ ਨੇ ਜਿਹੜੇ ਉਹਨਾਂ ਨੂੰ ਲਾਈਕ ਬਹੁਤ ਅਰਜੈਂਟ ਚਾਹੀਦੇ ਸੀ ਤਾਂ ਮੈਂ ਐਮਰਜੈਂਸੀ ਦੇ ਵਿੱਚ ਉਹਨਾਂ ਨੂੰ ਬਣਾ ਕੇ ਦਿੱਤੇ ਨੇ ਔਰ ਜਿੱਦਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਨੈੱਕ ਦੇ ਉੱਪਰ ਆਪਾਂ ਮਿਰਰ ਵਰਕ ਕੀਤਾ ਇਹ ਸਾਰਾ ਹੈਂਡ ਵਰਕ ਕੀਤਾ ਹੋਇਆ ਔਰ ਲਾਈਕ ਸ਼ਰਟ ਦੇ ਵਿੱਚ ਜਿਹੜੇ ਆਪਾਂ ਮਿਰਰ ਹੈ ਫੈਲਾ ਕੇ ਮਤਲਬ ਲਗਾਏ ਹੋਏ ਆ ਔਰ ਘੇਰੇ ਦੇ ਉੱਪਰ ਹੈ ਜਿਹੜਾ ਆਪਾਂ ਮਿਰਰ ਵਰਕ ਕੀਤਾ ਹੋਇਆ ਐਜ਼ ਇਟ ਸੇਮ ਆਪਾਂ ਸਲੀਵਸ ਦੇ ਉੱਪਰ ਹੈ ਜਿਹੜਾ ਮਿਰਰ ਵਰਕ ਕੀਤਾ ਹੋਇਆ ਔਰ ਜਿਹੜੀ ਇਹਦੀ ਬੋਟਮ ਹੈ ਉਹ ਆਪਾਂ ਪਲੇਨ ਰੱਖੀ ਹੈ ਨੈਚੁਰਲ ਕਰੇਪ 'ਤੇ ਜਿਹੜਾ ਇਹਦਾ ਦੁਪੱਟਾ ਹੈ ਇਹ ਆਪਾਂ ਪਿਓਰ ਔਰਗੈਂਜ਼ਾ 'ਤੇ ਤਿਆਰ ਕੀਤਾ ਹੈ ਦੁਪੱਟੇ ਦੇ ਫੋਰ ਸਾਈਡ ਮਿਰਰ ਵਰਕ ਕੀਤਾ ਹੋਇਆ ਔਰ ਬਹੁਤ ਹੀ ਹੈਵੀ ਜਿਹੜਾ ਇਹ ਦੁਪੱਟਾ ਤਿਆਰ ਹੋਇਆ ਔਰ ਦੁਪੱਟੇ ਦੇ ਵਿੱਚ ਵੀ ਲਾਈਕ ਜਿੱਦਾਂ ਆਪਾਂ ਸ਼ਰਟ ਦੇ ਵਿੱਚ ਮਿਰਰ ਲਗਾਏ ਹੋਏ ਆ ਉੱਦਾਂ ਹੀ ਉਸ ਤਰੀਕੇ ਦੇ ਨਾਲ ਆਪਾਂ ਦੁਪੱਟੇ ਦੇ ਵਿੱਚ ਜਿਹੜੇ ਮਿਰਰ ਵਿਰਲੇ ਵਿਰਲੇ ਬਣਾਏ ਹੋਏ ਆ ਲਾਈਕ ਹੈਂਡ ਵਰਕ ਕੀਤਾ ਹੋਇਆ ਔਰ ਬਹੁਤ ਹੀ ਸੋਹਣਾ ਇਹ ਜਿਹੜਾ ਸੂਟ ਆਪਣਾ ਤਿਆਰ ਹੋਇਆ ਅਗਰ ਇਹਨੂੰ ਤੁਸੀਂ ਬਨਾਰਸੀ ਟਿਸ਼ੂ ਸ਼ਰਟ ਨਹੀਂ ਕਰਨਾ ਚਾਹੁੰਦੇ ਔਰ ਗੈਂਜਾ ਕਰਨਾ ਚਾਹੁੰਦੇ ਹੋ ਜਾਂ ਕਰੇਪ ਕਰਨਾ ਚਾਹੁੰਦੇ ਹੋ ਤਾਂ ਆਪਾਂ ਉਹ ਵੀ ਕਰ ਸਕਦੇ ਹਾਂ ਬਾਕੀ ਲਾਈਕ ਔਨ ਆਰਡਰ ਆਪਾਂ ਜਿਹੜਾ ਕਲਰ ਹੈ ਉਹ ਚੇਂਜ ਕਰ ਸਕਦੇ ਹਾਂ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਾਂਗੀ ਕਿ ਆਪਾਂ ਜਿਹੜਾ ਕਸਟਮਾਈਜ਼ ਵੀ ਕਰਦੇ ਹਾਂ ਸੂਟਸ ਤਾਂ ਲਾਈਕ ਤੁਸੀਂ ਕਸਟਮਾਈਜ਼ ਵੀ ਕਰਵਾ ਸਕਦੇ ਹੋ ਜੋ ਮੈਂ ਹੁਣ ਲੈ ਕੇ ਆਈ ਹਾਂ ਇਹ ਮੈਂ ਕੋਟ ਸੈੱਟ ਲੈ ਕੇ ਆਈ ਹਾਂ ਔਰ ਇਹ ਵੀ ਆਪਾਂ ਔਨ ਆਰਡਰ ਹੀ ਤਿਆਰ ਕੀਤਾ ਇਹ ਮਸਲੀਨ ਕੋਟ ਦੇ ਉੱਪਰ ਆਪਾਂ ਜਿਹੜਾ ਤਿਆਰ ਕੀਤਾ ਹੋਇਆ ਔਰ ਲਾਈਕ ਤੁਸੀਂ ਦੇਖ ਹੀ ਸਕਦੇ ਹੋ ਕਿ ਨੈੱਕ ਅਸੀਂ ਕਿਸ ਸ਼ੇਪ ਦੇ ਵਿੱਚ ਰੱਖਦੇ ਹੋਏ ਨੀਚੇ ਅਸੀਂ ਇੱਕ ਬੂਟਾ ਬਣਾਇਆ ਔਰ ਪੂਰੇ ਲਾਈਕ ਸ਼ਰਟ ਦੇ ਉੱਪਰ ਆਪਾਂ ਜਿਹੜਾ ਮਸ਼ੀਨ ਵਰਕ ਕੀਤਾ ਹੋਇਆ ਔਰ ਜਿਹੜੀਆਂ ਇਹਨਾਂ ਦੀਆਂ ਸਲੀਵਸ ਆ ਸਲੀਵਸ 'ਤੇ ਵੀ ਕੰਮ ਕੀਤਾ ਆਪਾਂ ਲਾਈਕ ਇਸ ਤਰੀਕੇ ਦੇ ਨਾਲ ਉੱਪਰ ਸ਼ੋਲਡਰ ਦੇ ਕੋਲ ਆਪਾਂ ਬੂਟਾ ਰੱਖਦੇ ਹੋਏ ਨੀਚੇ ਲਾਈਕ ਮੂਰੀ ਦੇ ਕੋਲ ਆਪਾਂ ਜਿੱਦਾਂ ਵੇਲ ਟਾਈਪ ਵਿੱਚ ਬੂਟਾ ਬਣਾਇਆ ਔਰ ਬਹੁਤ ਹੀ ਪਿਆਰਾ ਇਹ ਕੋਟ ਸੈੱਟ ਬਣਿਆ ਔਰ ਇਹ ਗਰਮੀਆਂ ਦੇ ਵਿੱਚ ਕੈਰੀ ਕਰਨਾ ਬਹੁਤ ਹੀ ਜ਼ਿਆਦਾ ਆਸਾਨ ਹੁੰਦਾ ਔਰ ਇਹ ਅਸੀਂ ਉਹਨਾਂ ਦੀ ਨਾਲ ਸਟਰੇਟ ਸਲਵਾਰ ਤਿਆਰ ਕੀਤੀ ਆ ਸਲਵਾਰ ਦੇ ਉੱਪਰ ਵੀ ਕੰਮ ਕੀਤਾ ਲਾਈਕ ਤੁਸੀਂ ਦੇਖ ਹੀ ਸਕਦੇ ਹੋ ਕਿ ਔਰਗੈਂਜ਼ਾ ਫੈਬਰਿਕ ਲਗਾਉਂਦੇ ਹੋਏ ਅਸੀਂ ਉੱਪਰ ਜਿਹੜਾ ਮਸ਼ੀਨ ਵਰਕ ਕੀਤਾ ਲਾਈਕ ਉਹਨਾਂ ਦੇ ਜਦੋਂ ਕੈਰੀ ਕਰਨਗੇ ਤਾਂ ਦੋ ਬੂਟੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਆਉਣਗੇ ਔਰ ਬਹੁਤ ਹੀ ਪਿਆਰਾ ਇਹ ਬਣਿਆ ਇਹਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਆ ਜਿਹੜਾ ਤਿਆਰ ਕਰ ਸਕਦੇ ਹਾਂ ਜੋ ਮੈਂ ਇਹ ਸੂਟ ਲੈ ਕੇ ਆਈ ਹਾਂ ਇਹ ਮੈਂ ਮਸਲੀਨ ਕੋਟਨ ਦੇ ਉੱਪਰ ਲੈ ਕੇ ਆਈ ਹਾਂ ਔਰ ਇਹ ਕਲਰ ਔਨ ਆਰਡਰ ਹੀ ਅਸੀਂ ਰੈਡੀ ਕੀਤਾ ਔਰ ਸੂਟ ਵੀ ਔਨ ਆਰਡਰ ਹੀ ਰੈਡੀ ਕੀਤਾ ਉਹਨਾਂ ਨੇ ਲਾਈਕ ਸ਼ਰਟ ਪਲੇਨ ਰਖਾਉਂਦੇ ਹੋਏ ਜਿੱਦਾਂ ਦੀਆਂ ਜਿਹੜੀਆਂ ਸਲੀਵਸ ਆ ਉਹ ਹੈਵੀ ਰਖਵਾਈਆਂ ਔਰ ਇਹ ਮਸ਼ੀਨ ਵਰਕ ਕੀਤਾ ਹੋਇਆ ਇਹਦੇ ਉੱਪਰ ਸਾਰਾ ਤੁਸੀਂ ਦੇਖ ਹੀ ਸਕਦੇ ਹੋ ਕਿ ਪੂਰੀ ਸਲੀਵਸ ਆ ਜਿਹੜੀਆਂ ਬਹੁਤ ਹੈਵੀ ਆ ਔਰ ਦੁਪੱਟਾ ਵੀ ਮਸਲੀਨ ਕੋਟਨ ਦੇ ਉੱਪਰ ਹੈ ਦੁਪੱਟੇ ਦੇ ਵਿੱਚ ਕੁਛ ਇਸ ਤਰੀਕੇ ਦੇ ਨਾਲ ਜਿਹੜੀ ਆਪਾਂ ਬੂਟੀ ਸਿਲਾਈ ਹੋਈ ਹੈ ਔਰ ਦੁਪੱਟੇ ਦੇ ਜਿਹੜੇ ਫੋਰ ਸਾਈਡ ਹੈ ਲੈਸ ਲੱਗੀ ਹੋਈ ਔਰ ਬਹੁਤ ਹੀ ਪਿਆਰਾ ਇਹ ਸੂਟ ਤਿਆਰ ਹੋਇਆ ਔਰ ਇਹਨੂੰ ਆਪਾਂ ਕਿਸੇ ਵੀ ਕਲਰ ਦੇ ਉੱਪਰ ਜਿਹੜਾ ਤਿਆਰ ਕਰ ਸਕਦੇ ਹਾਂ ਇਹ ਮਸ਼ੀਨ ਵਰਕ ਮੈਂ ਤਾਂ ਸ਼ੋ ਕਰ ਰਹੀ ਹਾਂ ਕਿਉਂਕਿ ਬਹੁਤ ਜ਼ਿਆਦਾ ਮੈਸੇਜਸ ਆਉਂਦੇ ਸੀ ਕਿ ਤੁਸੀਂ ਮਸ਼ੀਨ ਵਰਕ ਤਿਆਰ ਕਰਦੇ ਹੋ ਤਾਂ ਲਾਈਕ ਇਹ ਸੂਟ ਸ਼ੇਅਰ ਕਰਨ ਦਾ ਮੇਰਾ ਮੋਟਿਵ ਇਹੀ ਹੈ ਕਿ ਹਾਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇ ਕਿ ਅਸੀਂ ਮਸ਼ੀਨ ਵਰਕ ਵੀ ਰੈਡੀ ਕਰਦੇ ਹਾਂ ਇਹ ਮੈਂ ਨੈਚੁਰਲ ਜੋਰਜਟ 'ਤੇ ਲੈ ਕੇ ਹਾਂ ਸਕਾਈ ਬਲੂ ਕਲਰ 'ਤੇ ਔਰ ਤੁਸੀਂ ਦੇਖ ਹੀ ਸਕਦੇ ਹੋ ਕਿ ਲਾਈਕ ਉਹਨਾਂ ਨੇ ਜਿੱਦਾਂ ਸ਼ਰਟ ਪਲੇਨ ਰਖਵਾਉਂਦੇ ਹੋਏ ਸਲੀਵਸ 'ਤੇ ਕੰਮ ਕਰਾਇਆ ਔਰ ਲਾਈਕ ਇਸ ਤਰੀਕੇ ਦੇ ਨਾਲ ਅਸੀਂ ਜਿਹੜੀ ਲੈਸ ਮਤਲਬ ਇਹਦੇ ਵਿੱਚ ਲਗਾਈ ਹੋਈ ਹੈ ਔਰ ਜਿਹੜੀ ਇਹਦੀ ਬੋਟਮ ਹੈ ਉਹ ਵੀ ਅਸੀਂ ਨੈਚੁਰਲ ਜੋਰਜਟ 'ਤੇ ਤਿਆਰ ਕੀਤੀ ਹੈ ਔਰ ਬੋਟਮ ਦੇ ਪਹੁੰਚਿਆਂ 'ਤੇ ਜਿਹੜਾ ਆਪਾਂ ਕੰਮ ਮਸ਼ੀਨ ਵਰਕ ਕੀਤਾ ਹੋਇਆ ਔਰ ਦੁਪੱਟਾ ਵੀ ਨੈਚੁਰਲ ਜੋਰਜਟ 'ਤੇ ਦੁਪੱਟਾ ਉਹਨਾਂ ਨੇ ਪਲੇਨ ਰਖਵਾਇਆ ਇਹ ਵਾਲਾ ਜਿਹੜਾ ਸੂਟ ਹੈ ਇਹ ਮੈਂ ਪਹਿਲਾਂ ਵੀ ਇਹਦੇ ਨਾਲ ਦਾ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਪਹਿਲਾਂ ਮੈਂ ਸਭ ਤੋਂ ਪਹਿਲਾਂ ਇਹ ਆਫ ਵਾਈਟ ਕਲਰ 'ਤੇ ਬਣਾਇਆ ਸੀ ਉਸ ਤੋਂ ਬਾਅਦ ਅਸੀਂ ਰਸਟ ਕਲਰ 'ਤੇ ਤਿਆਰ ਕੀਤਾ ਸੀ ਜੋ ਕਿ ਤੁਸੀਂ ਪਿਛਲੇ ਵਲੌਗ ਦੇ ਵਿੱਚ ਦੇਖਿਆ ਹੋਣਾ ਅਤੇ ਐਡ ਕੇ ਅਸੀਂ ਔਨ ਆਰਡਰ ਇਹ ਅਸੀਂ ਯੈਲੋ ਕਲਰ 'ਤੇ ਰੈਡੀ ਕੀਤਾ ਔਰ ਬਹੁਤ ਹੀ ਪਿਆਰਾ ਬਣਿਆ ਇਹਦਾ ਜਿਹੜਾ ਸ਼ਰਟ ਔਰ ਦੁਪੱਟਾ ਉਹ ਪਿਓਰ ਔਰਗੈਂਜ਼ਾ 'ਤੇ ਆ ਔਰ ਜਿਹੜੀ ਇਹਦੀ ਬੋਟਮ ਹੈ ਉਹ ਕਰੇਪ 'ਤੇ ਆ ਹੋ ਸਕਿਆ ਮੈਂ ਇਹਦੀ ਰੀਲ ਜਾਂ ਫੋਟੋ ਤੁਹਾਡੇ ਨਾਲ ਵਲੌਗ ਦੇ ਵਿੱਚ ਜ਼ਰੂਰ ਸ਼ੇਅਰ ਕਰਾਂਗੀ ਇਹ ਵਾਲਾ ਜਿਹੜਾ ਸੂਟ ਹੈ ਵੈਸੇ ਮੈਂ ਤੁਹਾਡੇ ਸਾਰਿਆਂ ਨਾਲ ਬਹੁਤ ਪਹਿਲਾਂ ਜਿਹੜਾ ਸ਼ੇਅਰ ਕੀਤਾ ਹੋਇਆ ਸੀ ਮੈਂ ਇਹਦੇ ਨਾਲ ਸ਼ਰਾਰਾ ਤਿਆਰ ਕੀਤਾ ਸੀ ਔਰ ਇਹ ਸੂਟ ਮੈਂ ਦੁਬਾਰਾ ਤਾਂ ਸ਼ੇਅਰ ਕਰ ਰਹੀ ਹਾਂ ਪਿਛਲਾ ਵੀ ਮੈਂ ਇਸ ਲਈ ਰਿਪੀਟ ਕੀਤਾ ਕਿਉਂਕਿ ਬਹੁਤ ਸੋਹਣੇ ਕਲਰ ਤਿਆਰ ਹੋ ਕੇ ਆਏ ਨੇ ਲਾਈਕ ਮੈਨੂੰ ਇੱਦਾਂ ਸੀ ਕਿ ਮੈਂ ਤੁਹਾਡੇ ਨਾਲ ਸ਼ੋਅ ਕਰਾਂ ਮੈਂ ਸ਼ੋਅ ਕਰੇ ਤੁਹਾਨੂੰ ਲਾਈਕ ਰਹਿ ਨਹੀਂ ਸਕੀ ਇਸ ਕਰਕੇ ਮੈਂ ਸ਼ੋਅ ਕਰ ਰਹੀ ਹਾਂ ਕਿ ਲਾਈਕ ਬਹੁਤ ਪਿਆਰੇ ਇਹ ਸੂਟ ਅਸੀਂ ਤਿਆਰ ਕੀਤੇ ਆ ਔਰ ਜਿੱਦਾਂ ਤੁਸੀਂ ਰੀਲ ਦੇ ਵਿੱਚ ਦੇਖ ਹੀ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸੂਟ ਤਿਆਰ ਕੀਤਾ ਹੈ ਜਿਹੜਾ ਰੀਲ ਦੇ ਵਿੱਚ ਹੈ ਉਹ ਅਸੀਂ ਮਸਲੀਨ ਕੋਟਨ 'ਤੇ ਤਿਆਰ ਕੀਤਾ ਹੋਇਆ ਔਰ ਦੁਪੱਟਾ ਹਾਫ ਪਿਓਰ ਸੀ ਬਟ ਇਹ ਵਾਲਾ ਸੂਟ ਹੈ ਜਿਹੜਾ ਅਸੀਂ ਨੈਚੁਰਲ ਕਰੇਪ 'ਤੇ ਤਿਆਰ ਕਰਦੇ ਹੋਏ ਜਿਹੜਾ ਦੁਪੱਟਾ ਪਿਓਰ ਔਰਗੈਂਜ਼ਾ ਹੈ
और बहुत ही प्यारा जिहड़ा ए वी जिहड़ा कलर आपां तैयार कीता है। और आपां लाइक ए चीज़ां मैं तुहाडे नाल निक्की निक्की तां करके शो करदी हुंदी आं कि तां जो तुहानूं पता लगे कि आपां किसी भी सूट नूं लाइक किसी भी कलर दे उपर है जिहड़ा कस्टमाइज़ करा सकदे आं, क्योंकि हर कलर दे उपर ही चीज़ सोहणी हुंदी है। जदों हत्थ दे विच सफाई होवे ना तां कम किसी भी कलर दे उपर है जिहड़ा सोहणा लगदा। ये सीगा मेरा अज का ब्लॉग। अगर तुहानूं कोई भी सूट चंगा लगेगा तुसीं किसी भी सूट की क्लिप लेंदे हुए वट्सएप पर जां इंस्टाग्राम पर मेरे नाल शेयर कर सकते हो। वट्सएप नंबर भी स्क्रीन के उपर शेयर किया है और इंस्टाग्राम आई डी भी। और लाइक किसी भी कलर और किसी भी फैब्रिक से आपां इहनूं जिहड़ा तैयार कर सकते हैं, जो कि मैं हमेशा ही तुहानूं दसदी हुंदी हां। तो बाकी मेरी वीडियो नूं लाइक शेयर ते कमेंट जरूर करिया करो, और सब तो जरूरी मेरा चैनल जरूर सबसक्राइब करो ताकि जिन्नी भी मेरी नवी नवी कलैक्शन है वह वॉल के उपर जी शो होंगी रहे।